ਸਿਗਰਟ ਲੈਣ ਗਏ ਇੱਕ ਸ਼ਖਸ ਦਾ ਦੁਕਾਨ ਤੇ ਕੰਮ ਕਰਨ ਵਾਲੇ ਮੁੰਡੇ ਦੇ ਨਾਲ ਝਗੜਾ ਹੋਇਆ, ਜਿਸ ਤੋਂ ਬਾਅਦ ਨੌਬਤ ਪਹਿਲਾਂ ਬਹਿਸਬਾਜ਼ੀ ਤੱਕ ਆਉਂਦੀ ਹੈ ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਹਾਲਾਤ ਵਿਗੜਦੇ ਜਾਂਦੇ ਨੇ ਤੇ ਇੱਕ ਦੂਜੇ ਦੇ ਉੱਤੇ ਹੱਥਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ। ਇੱਕ ਦੂਜੇ ਤੇ ਘਸੁੰਨ ਮੁੱਕੇ ਵਰਾਏ ਜਾਂਦੇ ਨੇ ਅਤੇ ਵਿਚਕਾਰ ਆਏ ਲੋਕਾਂ ਦੇ ਵੱਲੋਂ ਜਦੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਬਾਵਜੂਦ ਉਸ ਦੇ ਲੜਾਈ ਹੋਰ ਵੱਧਦੀ ਜਾਂਦੀ ਹੈ ਤਾਂ ਦੁਕਾਨ ਦੇ ਅੰਦਰ ਹੀ ਦੱਸਦੀ ਹੈ ਕਿ ਜੰਗ ਦਾ ਮੈਦਾਨ ਬਣਿਆ ਹੈ। ਸਾਰੀ ਹੀ ਘਟਨਾ ਕੋਲ ਲੱਗੇ CCTV ਦੇ ਵਿੱਚ ਵੀ ਕੈਦ ਹੋਈ ਹੈ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੁਕਾਨ 'ਤੇ ਜੋ ਕੰਮ ਕਰਨ ਵਾਲਾ ਸ਼ਖਸ ਹੈ ਉਸ ਦੇ ਉੱਤੇ ਕੁਝ ਮੁੰਡਿਆਂ ਦੇ ਵੱਲੋਂ ਹਮਲਾ ਕੀਤਾ ਗਿਆ, ਥੱਪੜਾਂ ਦੀ ਬਰਸਾਤ ਕੀਤੀ ਜਾ ਰਹੀ ਹੈ। ਮਾਮਲਾ ਸਿਰਫ਼ ਦੱਸਿਆ ਜਾ ਰਿਹਾ ਕਿ ਸਿਗਰਟ ਦੇ ਪਿੱਛੇ ਇਹ ਸਾਰਾ ਬਵਾਲ ਹੋਇਆ। ਦਰਅਸਲ ਇੱਕ ਸ਼ਖਸ ਸਿਗਰਟ ਲੈਣ ਦੇ ਲਈ ਦੁਕਾਨ ਦੇ ਵਿੱਚ ਦਾਖਲ ਹੁੰਦਾ ਤਾਂ ਜੋ ਦੁਕਾਨ ਦੇ ਉੱਤੇ ਕੰਮ ਕਰਨ ਵਾਲਾ ਮੁੰਡਾ ਹੈ ਉਸ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਅਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਇੱਕ ਦੂਜੇ ਦੇ ਉੱਤੇ ਘਸੁੰਨ ਮੁੱਕੇ ਵਰਾ ਦਿੱਤੇ ਜਾਂਦੇ ਨੇ। ਹਾਲਾਂਕਿ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੇਸ਼ੱਕ ਇਹਨਾਂ ਦੀ ਲੜਾਈ ਦੁਕਾਨ ਦੇ ਅੰਦਰ ਹੋਈ ਹੈ ਪਰ ਕੋਈ ਵੀ ਭੰਨ ਤੋੜ ਨਹੀਂ ਕੀਤੀ ਗਈ। ਸਿਰਫ਼ ਔਰ ਸਿਰਫ਼ ਇਹ ਦੋਵੇਂ ਜਣੇ ਆਪਸ ਦੇ ਵਿੱਚ ਭਿੜੇ ਨੇ ਅਤੇ ਇੱਕ ਦੂਜੇ ਦੇ ਉੱਤੇ ਥੱਪੜ ਮੁੱਕੇ ਬਰਸਾਏ ਗਏ ਨੇ। ਫਿਲਹਾਲ ਜਾਂਚ ਇਸ ਦੀ ਕੀਤੀ ਜਾ ਰਹੀ ਹੈ। ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਸਿਗਰਟ ਦੇ ਪਿੱਛੇ ਇਹ ਸਾਰਾ ਬਵਾਲ ਹੋਇਆ ਅਤੇ ਦੁਕਾਨ ਹੀ ਜੰਗ ਦਾ ਮੈਦਾਨ ਬਣ ਗਈ ਹੈ। ਬਾਹਰਲੇ ਸ਼ਹਿਰ ਇੱਕ ਦੁਕਾਨ ਹੈ ਮਾਇਨ ਕਰਿਆਨਾ ਸਟੋਰ, ਪੂਜਾ ਜਨਰਲ ਸਟੋਰ ਨਾਮ ਉਹਨਾਂ ਦਾ। ਉਹਨਾਂ ਇੱਕ ਸੁਮਿਤ ਨਾਮ ਦਾ ਲੜਕਾ ਉਹਨਾਂ ਦੀ ਦੁਕਾਨ 'ਤੇ ਕੰਮ ਕਰਦਾ ਵਾ। ਉਹਨਾਂ ਨੇ ਆਪਣੇ ਲੜਕੇ ਕੋਲ ਸਿਗਰਟ ਮੰਗਵਾਈ ਸੀ ਬਾਹਰੋਂ, ਉਹ ਬਾਹਰੋਂ ਸਿਗਰਟ ਲੈਣ ਗਿਆ ਅਤੇ ਉੱਥੇ ਕਿਸੇ ਇਹਦੇ ਨਾਲ ਪੈਰ ਪੂਰ ਆ ਗਏ ਇਹਨਾਂ ਦੇ ਲੜਕਿਆਂ ਨਾਲ, ਉਹਨਾਂ 'ਤੇ ਕਰਾਰਵਾਈ ਹੋ ਗਈ ਅਤੇ ਉੱਥੇ ਇਹਨਾਂ ਦਾ ਝਗੜਾ ਹੋਇਆ। ਇਹ ਮੁੜ ਕੇ ਬਾਅਦ 'ਚ ਲੜਕਾ ਦੁਕਾਨ 'ਚ ਆ ਗਿਆ ਅਤੇ ਉਹ ਮੁੰਡੇ ਨੂੰ ਉਸੇ ਤਰ੍ਹਾਂ ਮਰਨੀ ਦੁਕਾਨ 'ਚ ਆ ਗਈ ਅਤੇ ਦੁਕਾਨ 'ਚ ਹੀ ਉਹਨੂੰ ਥੋੜ੍ਹਾ ਕੁੱਟਿਆ ਮਾਰਿਆ ਉਹਨੂੰ, ਅਤੇ ਉਹਦੇ ਨਾਲ ਦੁਕਾਨ ਦਾ ਸਮਾਨ ਵੀ ਖਿਲ ਗਿਆ। ਲੇਕਿਨ ਦੁਕਾਨ ਦੇ ਪਰਸਨਲੀ ਤੌਰ 'ਤੇ ਕੋਈ ਭੰਨ ਤੋੜ ਨਹੀਂ ਕੀਤੀ ਉਹਨਾਂ ਨੇ। ਉਸ ਮੁੰਡੇ ਨੂੰ ਜ਼ਰੂਰ ਪੁੱਛ ਰਿਹਾ, ਉਹ ਅਨਨੋਨ ਪਰਸਨ ਹੈ, ਉਹਨਾਂ ਨੂੰ ਕੇਸ ਕਰ ਰਹੇ ਸੀ ਅਤੇ ਇਹਦੇ ਸੰਬੰਧੀ ਰਿਪੋਰਟ ਦਰਜ ਕਰ ਦਿੱਤੀ ਹੈ। ਮੁੰਡੇ ਕੇਸ ਕਰਕੇ ਜੋ ਵੀ ਕਾਨੂੰਨ ਦਾ ਬੰਦ ਕਰ ਰਹੀ ਉਹਨੂੰ ਅੱਗੇ ਅਰੇਂਜ ਕਰਾਂਗੇ। ਸਿਗਰਟ ਲੈਣ ਗਏ ਇੱਕ ਸ਼ਖਸ ਦਾ ਦੁਕਾਨ 'ਤੇ ਕੰਮ ਕਰਨ ਵਾਲੇ ਮੁੰਡੇ ਦੇ ਨਾਲ ਝਗੜਾ ਹੋਇਆ, ਜਿਸ ਤੋਂ ਬਾਅਦ ਨੌਬਤ ਪਹਿਲਾਂ ਬਹਿਸਬਾਜ਼ੀ ਤੱਕ ਆਉਂਦੀ ਹੈ ਅਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਹਾਲਾਤ ਵਿਗੜਦੇ ਜਾਂਦੇ ਨੇ ਅਤੇ ਇੱਕ ਦੂਜੇ ਦੇ ਉੱਤੇ ਹੱਥਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ। ਇੱਕ ਦੂਜੇ 'ਤੇ ਘਸੁੰਨ ਮੁੱਕੇ ਵਰਾਏ ਜਾਂਦੇ ਨੇ ਅਤੇ ਵਿਚਕਾਰ ਆਏ ਲੋਕਾਂ ਦੇ ਵੱਲੋਂ ਜਦੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਬਾਵਜੂਦ ਉਸ ਦੇ ਲੜਾਈ ਹੋਰ ਵੱਧਦੀ ਜਾਂਦੀ ਹੈ ਤਾਂ ਦੁਕਾਨ ਦੇ ਅੰਦਰ ਹੀ ਦੱਸਦੀ ਹੈ ਕਿ ਜੰਗ ਦਾ ਮੈਦਾਨ ਬਣਿਆ ਹੈ। ਸਾਰੀ ਹੀ ਘਟਨਾ ਕੋਲ ਲੱਗੇ CCTV ਦੇ ਵਿੱਚ ਵੀ ਕੈਦ ਹੋਈ ਹੈ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੁਕਾਨ 'ਤੇ ਜੋ ਕੰਮ ਕਰਨ ਵਾਲਾ ਸ਼ਖਸ ਹੈ ਉਸ ਦੇ ਉੱਤੇ ਕੁਝ ਮੁੰਡਿਆਂ ਦੇ ਵੱਲੋਂ ਹਮਲਾ ਕੀਤਾ ਗਿਆ, ਥੱਪੜਾਂ ਦੀ ਬਰਸਾਤ ਕੀਤੀ ਜਾ ਰਹੀ ਹੈ। ਮਾਮਲਾ ਸਿਰਫ਼ ਦੱਸਿਆ ਜਾ ਰਿਹਾ ਕਿ ਸਿਗਰਟ ਦੇ ਪਿੱਛੇ ਇਹ ਸਾਰਾ ਬਵਾਲ ਹੋਇਆ। ਦਰਅਸਲ ਇੱਕ ਸ਼ਖਸ ਸਿਗਰਟ ਲੈਣ ਦੇ ਲਈ ਦੁਕਾਨ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਜੋ ਦੁਕਾਨ ਦੇ ਉੱਤੇ ਕੰਮ ਕਰਨ ਵਾਲਾ ਮੁੰਡਾ ਹੈ ਉਸ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਅਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਇੱਕ ਦੂਜੇ ਦੇ ਉੱਤੇ ਘਸੁੰਨ ਮੁੱਕੇ ਵਰਾ ਦਿੱਤੇ ਜਾਂਦੇ ਨੇ। ਹਾਲਾਂਕਿ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੇਸ਼ੱਕ ਇਹਨਾਂ ਦੀ ਲੜਾਈ ਦੁਕਾਨ ਦੇ ਅੰਦਰ ਹੋਈ ਹੈ ਪਰ ਕੋਈ ਵੀ ਭੰਨ ਤੋੜ ਨਹੀਂ ਕੀਤੀ ਗਈ, ਸਿਰਫ ਔਰ ਸਿਰਫ ਇਹ ਦੋਵੇਂ ਜਣੇ ਆਪਸ ਦੇ ਵਿੱਚ ਭਿੜੇ ਨੇ ਅਤੇ ਇੱਕ ਦੂਜੇ ਦੇ ਉੱਤੇ ਥੱਪੜ ਮੁੱਕੇ ਬਰਸਾਏ ਗਏ ਨੇ। ਫਿਲਹਾਲ ਜਾਂਚ ਇਸ ਦੀ ਕੀਤੀ ਜਾ ਰਹੀ ਹੈ। ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਸਿਗਰਟ ਦੇ ਪਿੱਛੇ ਇਹ ਸਾਰਾ ਬਵਾਲ ਹੋਇਆ ਅਤੇ ਦੁਕਾਨ ਹੀ ਜੰਗ ਦਾ ਮੈਦਾਨ ਬਣ ਗਈ ਹੈ। ਆਪਣੇ ਸਿਗਰਟ ਮੰਗਵਾਈ ਸੀ ਬਾਹਰੋਂ, ਉਹ ਬਾਹਰੋਂ ਸਿਗਰਟ ਲੈਣ ਗਿਆ ਤੇ ਉੱਥੇ ਕਿਸੇ ਨਾਲ ਪੈਰ ਪੂਰ ਆ ਗਏ ਇਹਨਾਂ ਦੇ ਲੜਕਿਆਂ ਨਾਲ, ਉਹਨੇ ਟਕਰਾਰਬਾਜ਼ੀ ਹੋ ਗਈ ਤੇ ਉੱਥੇ ਇਹਨਾਂ ਦਾ ਝਗੜਾ ਹੋਇਆ। ਇਹ ਮੁੜ ਕੇ ਬਾਅਦ 'ਚ ਲੜਕਾ ਦੁਕਾਨ 'ਚ ਆ ਗਿਆ ਤੇ ਉਹ ਮੁੰਡੇ ਨੂੰ ਉਸੇ ਤਰ੍ਹਾਂ ਮਰਨ ਦੀ ਦੁਕਾਨ 'ਚ ਆ ਗਈ, ਦੁਕਾਨ 'ਚ ਉਹਨੂੰ ਥੋੜ੍ਹਾ ਕੁੱਟਿਆ ਮਾਰਿਆ ਉਹਨੂੰ, ਅਤੇ ਉਹਦੇ ਨਾਲ ਦੁਕਾਨ ਦਾ ਸਮਾਨ ਵੀ ਖਿਲਰ ਗਿਆ। ਲੇਕਿਨ ਦੁਕਾਨ ਦੇ ਪਰਸਨਲੀ ਤੌਰ 'ਤੇ ਕੋਈ ਭੰਨ ਤੋੜ ਨਹੀਂ ਕੀਤੀ ਉਹਨਾਂ ਨੇ, ਉਸ ਮੁੰਡੇ ਨੂੰ ਜ਼ਰੂਰ ਕੁੱਟ ਰਿਹਾ। ਉਹ ਅਨਨੋਨ ਪਰਸਨ ਹੈ, ਉਹਨਾਂ ਨੂੰ ਟਰੇਸ ਕਰ ਰਹੇ ਜੀ, ਅਤੇ ਇਹਦੇ ਸੰਬੰਧੀ ਰਿਪੋਰਟ ਦਰਜ ਕਰ ਦਿੱਤੀ ਹੈ। ਮੁੰਡੇ ਟਰੇਸ ਕਰਕੇ ਜੋ ਵੀ ਕਾਨੂੰਨ ਦਾ ਬੰਦ ਕਰ ਲਈ ਉਹਨਾਂ ਨੂੰ ਅੱਗੇ ਕਰਾਂਗੇ।